ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫਾਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣਨ ਜਾ ਰਹੇ ਹੋ ਲੋਕ ਕਹਾਣੀ ਸ਼ੈਤਾਨ ਸਾਧੂ, ਸਰਬਜੀਤ ਸਿੰਘ ਸਿੱਧੂ ਦੀ ਆਵਾਜ਼ ਵਿੱਚ। एक बार एक राजा हुंदा, उहदे 7 लड़के हुंदे आ। उह राजा थोड़े चिर बाद बीमार पै जांदा, उहनूं पता लग जांदा वी हुण मेरी मौत नेड़े आ। उह सत्तां नूं ही 7 थाईं राज वंड के दे जांदा। उह उहनां नूं कह जांदा वी तुसीं 7 ही राज करोगे, जदों कोई वी गल करनी आ तुसीं 7 ने इकट्ठे हो की करनी आ, तुसीं इक दूजे दे बरखिलाफ नहीं होना। राजा मर जांदा, उह 7 राज करन लग जांदे आ। एक वारी 7 शिकार ते चले जांदे आ, एक साधु आउंदा। उह राजे 7 ब्याहे वे हुंदे आ। वह साधु आके खैर मंगता, वह सारिया राणियों तो खैर मंगता जाता। उन्होंने सब तो छोटी राणी पसंद आ गई। वह छोटी राणी को मक्खी बना के आपके नाल लै जाता। जो राजे शाम को शिकार तो वापस आए तो उन्होंने पूछा कि आ छोटी राणी, वह दूजिया राणिया ने दसता भी साधु आया सी, उन्होंने मक्खी बना के लै गया। वह राजे फिर जद ही वापस मुड़ के घोड़िया थी, वह छोटी राणी को लभन लग गए। काफ़ी दूर जाके उन्होंने रात पै गई। उन्होंने किसी का दरवाजा खड़काया, जाके उत्थे माई ने दरवाजा खोलिया। उन्हें पूछा भाई की गल है? वह कहें जी असी मुसाफर हाँ, भी रात कट्टनी आ, सानू रोटी पानी भी चाहिए। वह कहें आ जाओ जी बैठो, कोई गल नहीं। उन्होंने बुढ़ी नू सोने का टका दिता। बुढ़ी ने नाले तो उन्होंने घोड़िया नू दाणा पानी दिता, नाले उन्होंने रोटी पानी खवाता। उन्होंने फिर आपकी गल शुरू कर ली। एक कहिंदा आपां माई नू भी पुछ लैने, कहिंदे माई थोड़े इस नगर च कोई साधु रहिंदा? वह कहिंदी हाँ जी रहिंदा। कहिंदे ओह हुण कोई बहुत सोहनी राणी लैके आया? वह कहिंदी बस उही है। वह सवेरे साजरे उठन सार ही उहदे कोल चले गए। उन्होंने देखा तो राणी मंजे ते पई सीगी। साधु बाहर किते गया होया सी मंगण, उन्होंने जाके उठाल ली भी चलीए। वह उन्होंने नाल तुर पई। वह घोड़े ते बहा के नाल ही आउंदे आ। साधु नूं पता लग जांदा वी उही राणी लई जांदे आ। साधु ने उन्होंने जिहड़े घोड़े सी उन्हां दे बरोटे बनाते, जिहड़े राजे सी उन्हां दे पत्थर बनाते। साधु राणी नूं वापस लै के कुटिया च मुड़ गया। ਇਹ ਜਿਹੜੀ ਛੋਟੀ ਰਾਣੀ ਸੀ, ਇਹਦਾ ਇੱਕ ਛੋਟਾ ਜਿਹਾ ਮੁੰਡਾ ਸੀ, ਗੋਦੀਕਦਾ ਸੀ ਉਦੋਂ। ਜਿਹੜੀਆਂ ਦੂਜੀਆਂ ਰਾਣੀਆਂ ਸੀ ਉਹ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦਾ। ਉਹਨੂੰ ਕਿਹਾ ਕਰਨ ਕਿ ਤੇਰੀ ਮਾਂ ਤੇਰੇ ਪਿਓ ਅਤੇ ਸਾਡੇ ਆਦਮੀਆਂ ਨੂੰ ਖਾ ਲਿਆ। ਉਹਨੇ ਮੁੰਡੇ ਨੇ ਇੱਕ ਦਿਨ ਆਪਦੀ ਚਾਚੀ ਤੋਂ ਪੁੱਛਿਆ ਵੀ ਚਾਚੀ ਗੱਲ ਕੀ ਆ, ਮੈਨੂੰ ਕਿਉਂ ਬੁਰਾ ਕਹਿੰਦੇ ਹੋ ਤੁਸੀਂ? ਉਹਨੇ ਫਿਰ ਦੱਸੀ ਸਾਰੀ ਗੱਲ ਵੀ ਇਸ ਤਰ੍ਹਾਂ ਕਰਕੇ ਐਂ ਗੱਲ ਹੋ ਗਈ ਸੀ ਵੀ ਤੇਰੀ ਮਾਂ ਨੂੰ ਲੱਭਣ ਗਏ ਤੇਰੇ ਚਾਚੇ ਤਾਏ ਅਤੇ ਤੇਰਾ ਪਿਓ, ਕੋਈ ਵੀ ਵਾਪਸ ਨਹੀਂ ਆਏ। ਹੌਲੀ ਹੌਲੀ ਮੁੰਡਾ ਜਵਾਨ ਹੋ ਗਿਆ। ਉਹ ਆਪਦੀਆਂ ਚਾਚੀਆਂ ਤਾਈਆਂ ਨੂੰ ਕਹਿੰਦਾ ਮੈਨੂੰ ਇੱਕ ਘੋੜਾ ਲੈ ਦਿਓ। ਉਹਨਾਂ ਨੇ ਘੋੜਾ ਲੈਤਾ। ਉਹ ਆਪ ਹੀ ਉਹਨਾਂ ਨੂੰ ਖੋਜਣ ਤੁਰ ਪਿਆ। ਉਹ ਵੀ ਕੁਦਰਤੀ ਉਸੇ ਬੁੜੀ ਦੇ ਘਰ ਹੀ ਆ ਗਿਆ। ਰਾਤ ਪੈ ਗਈ ਉਹਨੂੰ ਉੱਥੇ। ਉਹਨੇ ਬੁੜੀ ਨੂੰ ਪੁੱਛਿਆ ਵੀ ਇੱਥੇ ਕੋਈ ਸਾਧੂ ਰਹਿੰਦਾ? ਬੁੜੀ ਨੇ ਦੱਸਤਾ ਵੀ ਫਲਾਣੇ ਥਾਂ ਰਹਿੰਦਾ ਉਹ। ਉਹ ਗਿਆ ਉੱਥੇ ਤਾਂ ਰਾਣੀ ਸੁੱਤੀ ਪਈ ਸੀ। ਉਹਨੇ ਜਾ ਕੇ ਉਹਨੂੰ ਉਠਾਲ ਲਿਆ। ਰਾਣੀ ਨੂੰ ਦੱਸਤਾ ਵੀ ਮੈਂ ਇਸ ਤਰ੍ਹਾਂ ਕਰਕੇ ਫਲਾਣੇ ਥਾਂ ਤੋਂ ਆਇਆ, ਬਈ ਮੇਰੀ ਮਾਂ ਨੂੰ ਸਾਧੂ ਇੱਥੇ ਲੈ ਆਇਆ ਸੀ। ਰਾਣੀ ਨੇ ਘੁੱਟ ਕੇ ਉਸਨੂੰ ਸੀਨੇ ਨਾਲ ਲਾ ਲਿਆ। ਕਹਿੰਦੀ ਮੈਂ ਹੀ ਤੇਰੀ ਮਾਂ। ਉਹ ਕਹਿੰਦਾ ਚੱਲ ਤੂੰ ਮੇਰੇ ਨਾਲ ਚੱਲ, ਚੱਲ ਆਪਾਂ ਆਪਣੇ ਘਰ ਨੂੰ ਚੱਲਦੇ ਹਾਂ। ਕਹਿੰਦੀ ਨਹੀਂ, ਅੱਗੇ ਤੇਰੇ ਚਾਚੇ ਤਾਈ ਵੀ ਮੈਨੂੰ ਲੈਣ ਆਏ ਸੀ, ਉਹਨਾਂ ਦੇ ਬਰੋਟੇ ਅਤੇ ਪੱਥਰ ਬਣਾ ਦੇ, ਬਈ ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਜਦੋਂ ਬੁੜੀ ਦੇ ਘਰ ਆ ਕੇ ਰਾਤ ਰਿਹਾ, ਫਿਰ ਰਾਤ ਨੂੰ ਸੋਚਣ ਲੱਗਿਆ ਵੀ ਸਾਧੂ ਨੂੰ ਕਿਵੇਂ ਮਾਰਿਆ ਜਾਵੇ। ਜਦ ਸਾਧੂ ਚਲਾ ਗਿਆ ਤਾਂ ਉਹ ਫਿਰ ਰਾਣੀ ਕੋਲ ਜਾ ਵੜਿਆ। ਉਹ ਆਪਦੀ ਮਾਂ ਨੂੰ ਕਹਿੰਦਾ ਤੂੰ ਸਾਧੂ ਨੂੰ ਪੁੱਛੀ ਜੇ ਤੈਨੂੰ ਕਿਸੇ ਨੇ ਮਾਰਤਾ ਤਾਂ ਮੈਂ ਕੀ ਕਰੂੰਗੀ? ਉਹ ਕਹਿੰਦੀ ਚੰਗਾ ਮੈਂ ਕਹਿ ਦੂੰਗੀ। ਜਦੋਂ ਸ਼ਾਮ ਨੂੰ ਸਾਧੂ ਆਇਆ ਤਾਂ ਉਹਨੂੰ ਕਹਿੰਦੀ ਜੇ ਮੈਨੂੰ ਕਿਸੇ ਨੇ ਮਾਰਤਾ ਤਾਂ ਮੈਂ ਕੀ ਕਰੂੰਗੀ? ਸਾਧੂ ਕਹਿੰਦਾ ਮੈਨੂੰ ਨਹੀਂ ਕੋਈ ਮਾਰ ਸਕਦਾ, ਮੇਰੀ ਜਾਨ ਤਾਂ ਉਹਰੇ ਸਮੁੰਦਰ ਪਰੇ ਸਮੁੰਦਰ ਵਿਚਾਲੇ ਕਹਿੰਦਾ ਇੱਕ ਦਰਖਤ ਖੜਾ, ਉਸ ਦਰਖਤ 'ਤੇ ਇੱਕ ਤੋਤਾ ਰਹਿੰਦਾ, ਤੋਤੇ ਵਿੱਚ ਮੇਰੀ ਜਾਨ ਹੈ, ਉੱਥੇ ਕਹਿੰਦਾ ਕੋਈ ਜਾ ਨਹੀਂ ਸਕਦਾ, ਨਾ ਉੱਧਰੋਂ ਕੋਈ ਆ ਸਕਦਾ। ਜਦੋਂ ਦੂਜੇ ਦਿਨ ਫਿਰ ਉਹਦਾ ਮੁੰਡਾ ਗਿਆ ਉਹਦੇ ਕੋਲ ਪੁੱਛਣ ਵੀ ਸਾਧ ਕਿਵੇਂ ਮਰੂ, ਤਾਂ ਰਾਣੀ ਰੋਣ ਲੱਗ ਪਈ। ਕਹਿੰਦੀ ਵੀ ਤੂੰ ਨਹੀਂ ਉੱਥੇ ਜਾ ਸਕਦਾ। ਉਹ ਕਹਿੰਦਾ ਦੱਸ ਤਾਂ ਸੀ ਕਿੱਥੇ ਉਹਦੀ ਜਾਨ? ਉਹਨੇ ਫਿਰ ਦੱਸਿਆ, ਕਹਿੰਦੀ ਵੀ ਉਰਲੇ ਪਾਸੇ ਵੀ ਸਮੁੰਦਰ ਹੈ, ਪਰਲੇ ਪਾਸੇ ਵੀ ਸਮੁੰਦਰ ਹੈ, ਵਿਚਾਲੇ ਦਰਖਤ ਖੜਾ ਹੈ, ਉਹਦੇ 'ਤੇ ਤੋਤਾ ਬੈਠਾ ਹੈ, ਤੋਤੇ 'ਚ ਉਹਦੀ ਜਾਨ ਹੈ। ਮੁੰਡਾ ਆਪਣੇ ਹੌਸਲੇ ਬੁਲੰਦ ਕਰਕੇ ਤੁਰ ਪਿਆ ਜੀ ਉੱਥੋਂ। ਉਹਦਾ ਘੋੜਾ ਸੀ ਜਿਹੜਾ ਉਹ ਚੁਸਤ ਅਤੇ ਸਿਆਣਾ ਸੀਗਾ। ਜਦੋਂ ਉਹ ਸਮੁੰਦਰ ਦੇ ਕੋਲ ਪਹੁੰਚੇ ਤਾਂ ਉਹ ਸੋਚਣ ਲੱਗਿਆ ਵੀ ਹੁਣ ਕੀਤਾ ਕੀ ਜਾਵੇ। ਉਹਦਾ ਘੋੜਾ ਕਹਿੰਦਾ ਵੀ ਤੂੰ ਮੇਰੇ ਜ਼ੋਰ ਨਾਲ ਲੱਤ ਮਾਰ ਅਤੇ ਮੈਂ ਤੈਨੂੰ ਉਸ ਦਰਖਤ ਕੋਲ ਪਹੁੰਚਾ ਦੂੰਗਾ। ਉਹ ਕਹਿੰਦਾ ਬਈ ਮੇਰਾ ਤੇਰੇ ਨਾਲ ਇੰਨਾ ਪਿਆਰ ਹੈ, ਮੈਂ ਤੇਰੇ ਲੱਤ ਕਿਵੇਂ ਮਾਰ ਸਕਦਾ? ਮੈਂ ਤਾਂ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ, ਮੈਂ ਤੇਰੇ ਇੰਨੇ ਜ਼ੋਰ ਦੀ ਨਹੀਂ ਮਾਰ ਸਕਦਾ। ਘੋੜੇ ਨੇ ਉਹਦੀਆਂ ਮਿੰਨਤਾਂ ਮੁੰਨਤਾਂ ਕਰਕੇ ਉਹਨੂੰ ਮਨਾ ਲਿਆ ਬਈ ਤੂੰ ਮੇਰੇ ਲੱਤ ਮਾਰ। ਉਹਨੇ ਘੋੜੇ ਦੇ ਮਾਰੀ ਲੱਤ ਅਤੇ ਘੋੜਾ ਉੱਡ ਕੇ ਦਰਖਤ ਦੇ ਕੋਲੇ ਜਾ ਡਿੱਗ ਗਿਆ। ਉੱਥੇ ਬਹੁਤ ਉੱਚਾ ਦਰਖਤ ਸੀ, ਉਹ ਉੱਥੇ ਜਾ ਕੇ ਬਹਿ ਗਿਆ। ਦਰਖਤ ਉੱਤੇ ਚੜ੍ਹਨਾ ਬਹੁਤ ਮੁਸ਼ਕਿਲ ਸੀ, ਤੋਤਾ ਜਮੇ ਟੀਸੀ 'ਤੇ ਬੈਠਾ ਸੀ, ਪਏ ਨੂੰ ਨੀਂਦ ਆ ਰਹੀ ਸੀ। ਉਹ ਦਰਖਤ 'ਤੇ ਚੱਕਵਾ ਚੱਕ ਵੀ ਰਹਿੰਦੇ ਸੀ।
ਉਹਨਾਂ ਦੇ ਬੱਚਿਆਂ ਨੂੰ ਸਰਾਲ ਖਾਣ ਵਾਸਤੇ ਉੱਤੇ ਚੜ੍ਹਦੀ ਜਾਂਦੀ ਸੀ। ਉਹ ਸਰਾਲ ਦੇਖ ਕੇ ਰੌਲਾ ਪਾਉਣ ਲੱਗ ਗਏ ਅਤੇ ਇੰਨੇ ਨੂੰ ਉਹਦੀ ਜਾਗ ਖੁੱਲ੍ਹ ਗਈ। ਉਹਨੇ ਉੱਠ ਕੇ ਸਰਾਲ ਮਾਰਤੀ, ਉਹਦੇ ਟੋਟੇ ਕਰਕੇ ਅਤੇ ਉਹਦਾ ਸਿਰਹਾਣਾ ਲਾ ਕੇ ਪੈ ਗਿਆ। ਜਦੋਂ ਚੱਕਵਾਂ ਚੱਕਵੀਂ ਆਏ, ਉਹ ਕਹਿੰਦੇ, ਬੱਚਿਓ ਥੱਲੇ ਐਡਾ ਵਧੀਆ ਭੋਜਨ ਪਿਆ ਵਾ, ਤੁਸੀਂ ਖਾਂਦੇ ਕਿਉਂ ਨਹੀਂ ਹੈਗੇ? ਤੁਸੀਂ ਉਹਨੂੰ ਖਾ ਲਓ। ਉਹਨਾਂ ਨੇ ਦੱਸਿਆ ਨਹੀਂ ਵੀ ਜਿਹੜਾ ਬੰਦਾ ਪਿਆ ਥੱਲੇ ਉਹਨੂੰ ਪੁੱਛ ਬਈ ਤੂੰ ਕੀ ਕੰਮ ਆਇਆ ਇੱਥੇ, ਉਹਨੇ ਸਾਡੀ ਜਾਨ ਬਚਾਈ ਹੈ, ਨਹੀਂ ਸਰਾਲ ਸਾਨੂੰ ਖਾ ਜਾਂਦੀ। ਚੱਕਵਾਂ ਅਤੇ ਚੱਕਵੀਂ ਕਹਿੰਦੇ, ਤੁਸੀਂ ਉਹ ਤੋਂ ਕੀ ਲੈਣਾ, ਚੁੱਪ ਕਰਕੇ ਤੁਸੀਂ ਸਰਾਲ ਨੂੰ ਖਾ ਲਓ ਅਤੇ ਆਪਦਾ ਕੰਮ ਕਰੋ। ਕਹਿੰਦੇ ਨਹੀਂ। ਚੱਕਵਾਂ ਕਹਿੰਦਾ, ਦੱਸ ਵੀ ਕਾਕਾ ਤੂੰ ਕਾਹਤੋਂ ਆਇਆ ਇੱਥੇ, ਇੱਥੇ ਤਾਂ ਕੋਈ ਬੰਦਾ ਆਉਂਦਾ ਹੀ ਨਹੀਂ। ਉਹਨੇ ਦੱਸਿਆ ਫਿਰ ਬਈ ਜਿਹੜਾ ਟੀਸੀ 'ਤੇ ਤੋਤਾ ਬੈਠਾ ਬਈ ਉਹਨੂੰ ਲੈ ਕੇ ਆਉਣਾ ਮੈਂ। ਚੱਕਵੇ ਨੇ ਮੁੰਡੇ ਨੂੰ ਆਪਦੇ ਉੱਤੇ ਬਹਾ ਲਿਆ ਅਤੇ ਉਹਨੇ ਜਾ ਕੇ ਤੋਤਾ ਫੜ ਲਿਆ। ਉੱਧਰ ਸਾਧ ਵੀ ਬਿਮਾਰ ਰਹਿਣ ਲੱਗਿਆ। ਚੱਕਵਾਂ ਅਤੇ ਚੱਕਵੀ ਨੇ ਮੁੰਡੇ ਦਾ ਧੰਨਵਾਦ ਕੀਤਾ ਵੀ ਤੂੰ ਸਾਡੇ ਬੱਚਿਆਂ ਨੂੰ ਬਚਾ ਲਿਆ। ਉਹਨੇ ਮੁੰਡੇ ਨੇ ਵੀ ਚੱਕਵਾਂ ਅਤੇ ਚੱਕਵੀ ਦਾ ਧੰਨਵਾਦ ਕੀਤਾ। ਉਹ ਘੋੜੇ ਨੂੰ ਲੈ ਕੇ ਉੱਥੋਂ ਚੱਲ ਪਿਆ। ਘੋੜੇ ਨੂੰ ਇੱਧਰੋਂ ਉੱਧਰ ਜਾਣ ਲਈ ਸਮੱਸਿਆ ਫੇਰ ਆ ਗਈ ਮੂਹਰੇ। ਘੋੜਾ ਉਹਨੂੰ ਕਹਿੰਦਾ ਵੀ ਮੇਰੇ ਮਾਰ ਅੱਗੇ ਵਾਂਗੂ। ਉਹ ਕਹਿੰਦਾ ਨਹੀਂ ਵੀ ਮੈਂ ਨਹੀਂ ਮਾਰਦਾ। ਘੋੜੇ ਨੇ ਫਿਰ ਮਿਹਨਤਾਂ ਕੀਤੀਆਂ ਉਹਨੂੰ ਮਨਾ ਲਿਆ। ਉਹਨੇ ਜੀ ਫਿਰ ਮਾਰੀ ਪੂਰੇ ਜ਼ੋਰ ਨਾਲ ਲੱਤ ਅਤੇ ਘੋੜਾ ਉੱਡ ਪਿਆ। ਉਹ ਸਮੁੰਦਰ ਤੋਂ ਪਾਰ ਆ ਕੇ ਡਿੱਗ ਪਿਆ। ਹੌਲੀ ਹੌਲੀ ਮੁੰਡਾ ਉੱਥੇ ਸਾਧ ਦੀ ਕੁਟੀਆ 'ਚ ਆ ਗਿਆ। ਉੱਥੇ ਆਪਦੀ ਮਾਂ ਨੂੰ ਲੈ ਕੇ ਤੁਰ ਪਿਆ। ਉਹਨੇ ਤੋਤੇ ਦੀ ਇੱਕ ਲੱਤ ਕੱਢ ਕੇ ਸੁੱਟਤੀ। ਉੱਧਰੋਂ ਸਾਧੂ ਦੀ ਲੱਤ ਟੁੱਟ ਗਈ। ਉੱਥੇ ਸਾਧੂ ਵੀ ਆ ਗਿਆ, ਉਹਨੇ ਦੂਜੀ ਲੱਤ ਵੀ ਕੱਢਤੀ। ਸਾਧੂ ਦੀ ਦੂਜੀ ਲੱਤ ਵੀ ਨਿਕਲ ਗਈ ਅਤੇ ਇਕੱਲੀ ਧਾੜੀ ਰਹਿ ਗਈ। ਉਹ ਆਪਦੀ ਮਾਂ ਨੂੰ ਅਤੇ ਤੋਤੇ ਨੂੰ ਉੱਥੋਂ ਲੈ ਆਇਆ ਜਿੱਥੇ ਉਹਦੇ ਚਾਚੇ ਅਤੇ ਤਾਏ ਬਰੋਟੇ ਪੱਥਰ ਬਣੇ ਖੜ੍ਹੇ ਸੀ। ਉਹ ਸਾਧ ਨੂੰ ਕਹਿੰਦਾ ਵੀ ਇਹਨਾਂ ਨੂੰ ਸੰਜੀਵ ਕਰ ਦੇ, ਫਿਰ ਤੇਰੀ ਜਾਨ ਬਖਸ਼ ਦੂੰਗਾ, ਨਹੀਂ ਤੈਨੂੰ ਮਾਰ ਦੂੰਗਾ। ਸਾਧ ਕਹਿੰਦਾ ਮੇਰੀ ਜਾਨ ਬਖਸ਼ ਦੇ, ਮੈਂ ਇਹਨਾਂ ਨੂੰ ਸੰਜੀਵ ਕਰ ਦਿੰਦਾ। ਉਹ ਭੱਜਣ ਲੱਗੇ ਤਾਂ ਮੁੰਡਾ ਕਹਿੰਦਾ ਨਹੀਂ ਖੜ੍ਹ ਜਾਓ, ਮੈਂ ਹੀ ਹਾਂ ਤੁਹਾਡਾ ਲੜਕਾ, ਵੀ ਐਸੇ ਤਰ੍ਹਾਂ ਕਰਕੇ ਮੈਂ ਆਇਆ। ਜਦੋਂ ਘਰਾਂ ਕੋਲ ਆ ਰਹੇ ਸੀ ਤਾਂ ਤੋਤੇ ਦੀ ਧੌਣ ਮਰੋੜਤੀ, ਸਾਧੂ ਮਾਰਤਾ, ਦੁਸ਼ਟ ਪਾਪੀ ਦਾ ਖਾਤਮਾ ਕਰਤਾ।